बसा विज्ञान भवन पहुंच गई ने। रुलदू सिंह मानसा हुणी आपदी गड्डी च आउंदे सी। रुलदू सिंह मानसा दी इह फोटो है, हाथ च खुंडा फड़िया होया, मोढ़े ते रख्या होया। रुलदू सिंह मानसा दी गड्डी दा शीशा भन दित्ता सी। रुलदू सिंह मानसा दी इह गड्डी दा शीशा भन दित्ता सी जदों विज्ञान भवन आ रहे सी रुलदू सिंह मानसा हुणी। ते साइड ते फोटोआं लगियां होईआं ने। दस्सिया जा रहा है कि दिल्ली पुलिस ने डंडा मार के या डला मार के इस गड्डी दा शीशा भन्निआ। इह रुलदू सिंह मानसा हुणां दी गड्डी है। रुलदू सिंह मानसा किसान आगू जिन्हां दी गड्डी दा शीशा भन दित्ता गया। गड्डी दा शीशा दस्सिया जा रहा है कि पुलिस ने डला मार के भनता सी। एक बार दिखा दिओ, होर तस्वीरां दिखा दिओ कि किस तरह गड्डी दा नंबर है। गड्डी दा नंबर ते रुलदू सिंह मानसा उहनां दी गड्डी, पंजाब किसान यूनियन लिखिया होया इस पासे भी, ते आई लव किसान पिछे लिखिया होया। साइडां ते झंडे भी लगे हुए ने, ते नाल ही रुलदू सिंह मानसा उहनां दी फोटो है। पूरा घटनाक्रम की वापरिया सी इह गल करदे आं करनैल सिंह जी साडे नाल ने, भरा ने रुलदू सिंह मानसा उहनां दे। किस तरह तुसीं नाल ही सी गड्डी दे विच जदों होया, की सीगा उह दस्सिओ जरा। वो सानू रोकण दी कोशिश करदे सी, असीं गड्डी रोकी ना, थोड़ी अगे जाके रोकी साइड ते ला के। उन्होंने गड्डी दे पता नहीं डंडा मारिया, पता नहीं की मारिया, शीशा टुट गया। असीं थल्ले उतरे भी, असीं कहा भी की गल है, कहिंदे किसे अफसर तो कहो, कहिंदे फिर लंघन देवांगे। असीं आखिया दसवीं मीटिंग ते जा रहे हां, तुहानूं दिखणी रहा तुहानूं पासे फोटोआं लग्गियां होईआं, ते फिर उह सानूं तां लगदा जिवें सरकार कुछ करवाई हुंदी है इन्हां हरकतां ते उतरी है। ਤੁਸੀਂ ਫਿਰ ਹੈ ਲੋਕੇਸ਼ਨ ਕਿਹੜੀ ਸੀ, ਪੰਜਾਬ ਭਵਨ ਤੋਂ ਆ ਰਹੇ ਤੁਸੀਂ? ਹਾਂ ਅਸੀਂ ਇਸੇ ਰਿੰਗ ਰੋਡ ਤੇ ਆ ਰਹੇ। ਰਿੰਗ ਰੋਡ ਤੇ ਸੀਗੇ ਤੁਸੀਂ, ਤੁਸੀਂ ਵੀ ਨਾਲ ਸੀ ਗੱਲਾਂ ਸਰ? ਹਾਂ ਨਹੀਂ, ਤੁਸੀਂ ਇਸ ਗੱਡੀ ਦੇ ਵਿੱਚ ਉਦੋਂ ਨਾਲ ਸੀਗੇ ਨਾ ਉਸ ਟਾਈਮ ਤੇ, ਹੋਇਆ ਕੀ ਸੀਗਾ ਮਤਲਬ? ਭਈਆ ਪੁਲਿਸ ਨੇ ਰੋਕ ਲਿਆ ਮੈਂ ਪ੍ਰਗਤੀ ਮੈਦਾਨ ਕੇ ਪੁਲ ਕੇ ਨੀਚੇ। ਹਮਨੇ ਕਹਾ ਵੀ ਹਮ ਤੋ ਰੋਜ਼ਾਨਾ ਆਤੇ ਹੈਂ ਜਾਤੇ ਹੈਂ, ਤੋ ਨੰਬਰ ਵੀ ਹਮਨੇ ਪੁਲਿਸ ਕੋ ਦਿਆ ਹੁਆ ਹੈ ਯੇ, ਉਸਕੇ ਬਾਅਦ ਵੀ ਰੋਕ ਲਿਆ। ਅਬ ਵਹਾਂ ਅਫਸਰ ਅਫਸਰੀ ਮੈਂ ਯੇ ਜੋ ਸ਼ੀਸ਼ਾ ਟੁੱਟਾ ਹੈ, ਬੜੀ ਸ਼ਰਮਨਾਕ ਘਟਨਾ ਹੈ। ਪਹਿਲੀ ਵਾਰ ਤਾਂ ਰੋਕਣਾ ਹੀ ਸ਼ਰਮਨਾਕ ਘਟਨਾ ਹੈ, ਰੋਕਤੇ ਹੀ ਕਿਉਂ ਹੈ ਬਈ? ਨਹੀਂ ਉਹ ਕਹਿੰਦੇ ਕਿ ਸਾਨੂੰ ਪਤਾ ਨਹੀਂ ਸੀ ਵੀ ਗੱਡੀ ਕਿਹਦੀ ਹੈ, ਰੁਲਦੂ ਸਿੰਘ ਮਾਨਸਾ ਹੋਣਾ ਦੀ ਹੈ ਕਿ ਕਿਹਦੀ ਗੱਡੀ ਹੈ, ਪਤਾ ਨਹੀਂ ਸੀ ਕਹਿੰਦੇ। ਉਹ ਰੋਕੇ ਕੈਸੇ? ਅਬ ਸ਼ਕਲ ਦੇਖ ਕੇ ਜਾਣੇ ਦੇ, ਹਮਨੇ ਕਹਿ ਦਿਆ ਵੀ ਹਮ ਜਾ ਰਹੇ ਹਾਂ, ਤਾਂ ਕਿਆ ਹੁਆ? ਕੋਈ ਗਾੜੀ ਕੇ ਕਾਗਜ਼ ਦੇਖ ਲੀਜੀਏ, ਕਿਆ ਦੇਖੇਂਗੇ ਬਾਈ? ਕਿਉਂ ਰੋਕਤੇ ਗਾੜੀ ਬਈ? ਇਹ ਮਾਰਿਆ ਕੀ ਫਿਰ ਇਸ ਤੇ ਡੰਡਾ ਮਾਰਿਆ? ਇਹ ਤਾਂ ਉਹ ਸਮਝੇਗਾ, ਮੈਨੂੰ ਨਹੀਂ ਪਤਾ ਇਸ ਬਾਤ ਦਾ, ਕੈਸੇ ਚੁੱਟਾ ਜੀ ਤਾਂ ਉਹ ਸਮਝੇਗਾ। ਮੰਨਿਆ ਕੀ ਜਾਵੇ ਇਸ ਚੀਜ਼ ਨੂੰ, ਕਿਉਂਕਿ ਜਦੋਂ ਗੱਡੀ ਨਿਕਲ ਕੇ ਜਾ ਰਹੀ ਸਾਈਡ ਤੇ ਰੋਕ ਲਿਆ, ਪੁਲਿਸ ਕੋ ਗਾੜੀ ਰੋਕਣੀ ਨਹੀਂ ਚਾਹੀਏ। ਚਲੋ ਰੋਕ ਵੀ ਲਈ ਤਾਂ ਸ਼ੀਸ਼ਾ ਭੰਨਣਾ ਥੋੜੀ ਹੈ, ਇਹ ਤਾਂ ਬਹੁਤ ਸੋਚਾਂਗੇ ਨਾ ਕਿਆ ਵਾ। ਸਰ ਇਹ ਰੁਲਦੂ ਸਿੰਘ ਮਾਨਸਾ ਹੁਣਾਂ ਦੀ ਗੱਡੀ ਆ। ਵਿਗਿਆਨ ਭਵਨ ਬਾਅਦ ਤੁਸੀਂ ਵਿਗਿਆਨ ਭਵਨ ਦੇ ਬਾਹਰ ਬੱਸਾਂ ਪਹੁੰਚ ਗਈਆਂ ਨੇ, ਜਿੱਥੇ ਕਿਸਾਨ ਆਗੂ ਬੱਸਾਂ ਦੇ ਵਿੱਚ ਪਹੁੰਚੇ ਨੇ, ਤੇ ਉੱਥੇ ਹੀ ਰੁਲਦੂ ਸਿੰਘ ਮਾਨਸਾ ਹੁਣੀ ਆਪਦੀ ਗੱਡੀ ਦੇ ਵਿੱਚ ਆਉਂਦੇ ਸੀ। ਰੁਲਦੂ ਸਿੰਘ ਮਾਨਸਾ ਹੁਣੀ ਜੋ ਕਿ ਦਿੱਲੀ ਤੋਂ ਆਉਂਦੇ ਸੀ, ਪ੍ਰਗਤੀ ਮੈਦਾਨ ਦੇ ਅੱਗੇ ਉਹਨਾਂ ਦੀ ਗੱਡੀ ਨੂੰ ਰੋਕਿਆ ਜਾਂਦਾ ਹੈ। ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਹੁਣਾਂ ਦੀ, ਰੁਲਦੂ ਸਿੰਘ ਮਾਨਸਾ ਹੁਣਾਂ ਦੀ ਫੋਟੋ ਵੀ ਲੱਗੀ ਹੋਈ ਹੈ ਅੱਗੇ, ਇਨੋਵਾ ਗੱਡੀ ਹੈ ਉਹਨਾਂ ਦੀ, ਤੇ ਗੱਡੀ ਨੂੰ ਰੋਕਿਆ ਜਾਂਦਾ ਪ੍ਰਗਤੀ ਮੈਦਾਨ ਦੇ ਅੱਗੇ। ਉਸ ਤੋਂ ਬਾਅਦ ਫਿਰ ਗੱਡੀ ਦਾ ਸ਼ੀਸ਼ਾ ਭੰਨ ਦਿੱਤਾ ਜਾਂਦਾ ਪੁਲਿਸ ਵੱਲੋਂ। ਇਹ ਉਹਨਾਂ ਦੇ ਭਰਾ ਨੇ ਵੀ ਬਲੇਮ ਕੀਤਾ, ਤੇ ਰੁਲਦੂ ਸਿੰਘ ਮਾਨਸਾ ਹੁਣੀ ਅੰਦਰ ਚਲੇ ਗਏ ਨੇ, ਵਿਗਿਆਨ ਭਵਨ ਦੇ ਅੰਦਰ ਚਲੇ ਗਏ ਨੇ ਰੁਲਦੂ ਸਿੰਘ ਮਾਨਸਾ ਹੁਣੀ। ਪਰ ਉਹਨਾਂ ਦੀ ਗੱਡੀ ਜਦੋਂ ਆ ਰਹੀ ਸੀ ਤਾਂ ਡੰਡਾ ਮਾਰ ਕੇ ਜਾਂ ਪੱਥਰ ਮਾਰ ਕੇ, ਰੋੜਾ ਮਾਰ ਕੇ ਦੱਸਿਆ ਜਾ ਰਿਹਾ ਕਿ ਇਸ ਗੱਡੀ ਦਾ ਸ਼ੀਸ਼ਾ ਭੰਨ ਦਿੱਤਾ ਗਿਆ। ਵਿਗਿਆਨ ਭਵਨ ਇਸ ਪਾਸੇ ਹੈ, ਵਿਗਿਆਨ ਭਵਨ ਦੇ ਬਾਹਰ ਬੱਸਾਂ ਵੀ ਪਹੁੰਚ ਗਈਆਂ ਨੇ, ਕਿਸਾਨ ਆਗੂ ਵੀ ਪਹੁੰਚ ਗਏ ਆ। ਕੁਝ ਹੀ ਦੇਰ ਬਾਅਦ ਮੀਟਿੰਗ ਸ਼ੁਰੂ ਹੋ ਜਾਏਗੀ, ਮੀਟਿੰਗ ਸ਼ੁਰੂ ਹੁੰਦੀ ਹੈ ਤਾਂ ਫਿਰ ਦੇਖਣਾ ਹੋਏਗਾ ਕਿ ਅੱਜ ਨਤੀਜਾ ਨਿਕਲ ਕੇ ਕੀ ਆਉਂਦਾ। ਪਰ ਕਿਸਾਨ ਆਗੂ ਸਿੱਧੇ ਤੌਰ ਤੇ ਬਲੇਮ ਕਰ ਰਹੇ ਕਿ ਸਰਕਾਰ ਘਬਰਾਈ ਹੋਈ ਹੈ, ਉਸੇ ਕਰਕੇ ਕਿਸਾਨਾਂ ਤੇ ਹਮਲੇ ਹੋ ਰਹੇ ਨੇ। ਕੈਮਰਾਮੈਨ ਸੁੱਖੀ ਗਿੱਲ ਦੇ ਨਾਲ ਵਿਕਰਮ ਸਿੰਘ ਪ੍ਰੋ, ਪੰਜਾਬ ਟੀਵੀ, ਵਿਗਿਆਨ ਭਵਨ, ਦਿੱਲੀ।